ਅਸੀਂ ਜਿਹੜੀਆਂ ਪਹਿਲਾਂ ਗਾਈਡਲਾਈਨਸ ਇਸ਼ੂ ਕੀਤੀਆਂ ਸੀਗੀਆਂ ਉਹਨਾਂ 'ਚ ਕਾਫੀ ਗਾਈਡਲਾਈਨਸ ਤੇ ਉਹੀ ਸਭ ਜਿਹੜੀਆਂ ਪਹਿਲਾਂ ਆਲਰੇਡੀ ਇਸ਼ੂਡ ਹੈਗੀਆਂ ਉਹ ਰਹਿਣਗੀਆਂ। ਨਵੀਆਂ ਗਾਈਡਲਾਈਨ ਜਿਹੜੀਆਂ ਇਹ ਸੀ ਵੀ ਜਿਹੜੀਆਂ ਕੁਛ ਦੁਕਾਨਾਂ ਨੂੰ ਲੈ ਕੇ ਕਨਫਿਊਜ਼ਨ ਸੀ ਕਿ ਕੁਛ ਦੁਕਾਨਾਂ ਜਿਹੜੀਆਂ ਨੇ ਆਹ ਖੁੱਲ੍ਹਣਗੀਆਂ ਆਹ ਨਹੀਂ ਖੁੱਲ੍ਹਣਗੀਆਂ, ਆਹ ਅਸੈਂਸ਼ਲ ਆਈਟਮਸ ਨੇ ਇਹ ਨੋਨ ਅਸੈਂਸ਼ਲ ਆਈਟਮਸ ਨੇ, ਕਿਉਂਕਿ ਸਾਰੇ ਹੀ ਮਾਰਕੀਟਸ ਤੋਂ ਔਰ ਦੁਕਾਨਦਾਰਾਂ ਵੱਲੋਂ ਇਹ ਸਾਨੂੰ ਆ ਰਿਹਾ ਸੀ ਕਿ ਵੀ ਇਹ ਵਿਤਕਰੇ ਵਾਲੀ ਗੱਲ ਹੈ ਕਿ ਵੀ ਉਹਨਾਂ ਨੂੰ ਖੁੱਲ੍ਹਣ ਦੇ ਰਹੇ ਹਾਂ ਸਾਨੂੰ ਖੁੱਲ੍ਹਣ ਨਹੀਂ ਦੇ ਰਹੇ ਅਤੇ ਸਾਡਾ ਨੁਕਸਾਨ ਹੋ ਰਿਹਾ ਹੈਗਾ। ਸੋ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਜ਼ਿਲ੍ਹਾਵਾਰ ਇਹ ਫੈਸਲਾ ਲੈ ਲਿਆ ਜਾਵੇ ਆਪਣੇ ਜਿੰਨੇ ਵੀ ਜਿਹੜੇ ਟ੍ਰੇਡ ਯੂਨੀਅਨਸ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਔਰ ਲੋਕਲ ਲੀਡਰਸ਼ਿਪ ਦੇ ਨਾਲ ਗੱਲ ਕਰਕੇ। ਸੋ ਅਸੀਂ ਸਾਰਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਹੈਗਾ, ਪੁਲਿਸ ਔਫਿਸਰ ਨਾਲ ਵੀ ਅਸੀਂ ਉਹਨਾਂ ਦੀ ਰਾਏ ਲਈ ਹੈ, ਸਾਰੇ ਟ੍ਰੇਡਰਸ ਉਹਨਾਂ ਦੀ ਰਾਏ ਲੈ ਕੇ ਅਸੀਂ ਇਹ ਫੈਸਲਾ ਲਿਆ ਹੈ ਕਿ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਉਹ ਦੁਕਾਨਾਂ ਰੋਟੇਸ਼ਨ ਬੇਸਿਸ 'ਤੇ ਸਾਰੀਆਂ ਹੀ ਖੁੱਲ੍ਹਣਗੀਆਂ, ਲੇਕਿਨ ਉਹ ਰੋਟੇਸ਼ਨ ਬੇਸਿਸ 'ਤੇ ਖੁੱਲ੍ਹਣਗੀਆਂ। ਰੋਟੇਸ਼ਨ ਬੇਸਿਸ ਦਾ ਅਸੀਂ ਸਿਸਟਮ ਇਹ ਬਣਾਇਆ ਹੈਗਾ ਕਿ ਇੱਕ ਦਿਨ ਜਿਹੜਾ ਹੈ ਤੁਹਾਡਾ ਸੱਜਾ ਪਾਸਾ ਦੁਕਾਨਾਂ ਦੀ ਇੱਕ ਲੇਨ ਖੁੱਲ੍ਹੇਗੀ, ਦੂਸਰੇ ਦਿਨ ਦੂਸਰੀ ਲੇਨ ਖੁੱਲ੍ਹੇਗੀ ਔਰ ਉਹਦੇ ਵਿੱਚ ਅਸੈਂਸ਼ਲ ਨੋਨ ਅਸੈਂਸ਼ਲ ਜਿਹੜੀਆਂ ਸਾਰੀਆਂ ਖੁੱਲ੍ਹਣਗੀਆਂ। ਸਿਰਫ ਕੁਛ ਇੱਕ ਕੈਟਾਗਰੀ ਦੀਆਂ ਸ਼ੋਪਸ ਜਿਹੜੀਆਂ ਨੇ ਜਿਹਦੇ ਵਿੱਚ ਪੈਰੀਸ਼ੇਬਲ ਆਈਟਮਸ ਨੇ ਜਿਸ ਤਰ੍ਹਾਂ ਦੁੱਧ, ਫਰੂਟ, ਵੈਜੀਟੇਬਲਸ, ਇਹਨਾਂ ਨੂੰ ਸਾਰੇ ਦਿਨ ਜਿਹੜਾ ਹੈ ਖੁੱਲ੍ਹਣ ਦੀ ਆਗਿਆ ਦਿੱਤੀ ਗਈ ਹੈ, ਕਿਉਂਕਿ ਇਹਨਾਂ ਦਾ ਸਮਾਨ 24 ਘੰਟੇ 'ਚ ਹੀ ਖਰਾਬ ਹੋ ਜਾਂਦਾ ਹੈ। ਸੋ ਰਾਈਟ ਲੈਫਟ ਦੀ ਰੋਟੇਸ਼ਨ ਦੇ ਨਾਲ ਪੂਰੇ ਜ਼ਿਲ੍ਹੇ 'ਚ ਦੁਕਾਨਾਂ ਖੁੱਲ੍ਹਣਗੀਆਂ। ਕਈ ਥਾਵਾਂ ਦੇ ਉੱਤੇ ਜਿੱਥੇ ਕੋਈ ਇੱਕੋ ਹੀ ਲੇਨ ਹੈ ਜਾਂ ਕੋਈ ਮਾਰਕੀਟ ਦਾ ਹੈ ਜਿੱਥੇ ਕੋਈ ਸੱਜਾ ਖੱਬਾ ਕਰਨ 'ਚ ਭੁਲੇਖਾ ਪੈਂਦਾ ਹੈ, ਉੱਥੇ 50% ਅੱਧੀਆਂ ਦੁਕਾਨਾਂ ਹੀ ਖੋਲ੍ਹਣ ਦੀ ਆਗਿਆ ਹੋਏਗੀ ਔਰ ਉਹਦੇ ਲਈ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ 37 ਥਾਣੇ ਨੇ, 20 ਅਰਬਨ ਅਤੇ 17 ਰੂਰਲ, ਹਰ ਇੱਕ ਥਾਣੇ ਦੇ ਵਿੱਚ ਸੰਬੰਧਿਤ SHO ਸਮਾਨ ਔਰ ਸਿਵਲ ਵੱਲੋਂ ਇੱਕ ਸੈਕਟਰ ਮੈਜਿਸਟਰੇਟ ਲਗਾਏ ਗਏ ਹੈਗੇ ਨੇ ਔਰ ਜਿਹੜੀ ਦੀ ਦੇਖ ਰੇਖ ਜਿਹੜੀ ਹੈ ਅਰਬਨ ਏਰੀਏ ਦੀ ਸਾਡੇ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਅਤੇ DCP ਲੋ ਐਂਡ ਆਰਡਰ, ਰੂਰਲ ਦੇ ਵਿੱਚ ADCD ਐਂਡ ਸਾਡੇ SP ਹੈੱਡਕੁਆਟਰ ਰੂਰਲ ਔਰ ਸਬ ਡਿਵੀਜ਼ਨ ਅਤੇ SDM ਸਮਾਨ ਆਪਣੇ ਹਲਕਾ DSPs ਦੇ ਨਾਲ ਜਿਹੜੀ ਹੈ ਇਸ ਤਰੀਕੇ ਨਾਲ ਸਾਰੀ ਸੁਪਰਵੀਜ਼ਨ ਕਰਨਗੇ ਔਰ ਸਾਰੇ ਸੈਕਟਰ ਮੈਜਿਸਟਰੇਟਸ ਆਪਣੇ ਆਪਣੇ ਏਰੀਏ 'ਚ ਇਨਸ਼ੋਰ ਕਰਨਗੇ ਕੋਈ ਕੋਈ ਵੀ ਦੁਕਾਨ ਇਸ ਰੋਟੇਸ਼ਨ ਬੇਸਿਸ ਤੋਂ ਇਲਾਵਾ ਨਾ ਖੁੱਲ੍ਹੇ ਔਰ ਜਿਹੜੀ ਕੋਈ ਵੀ ਦੁਕਾਨ ਜੇ ਤੁਹਾਨੂੰ ਉੱਥੇ ਮੌਕੇ 'ਤੇ ਪਾਈ ਜਾਂਦੀ ਹੈ ਕਿ ਅੱਜ ਇਹਨਾਂ ਦੀ ਵਾਰੀ ਨਹੀਂ ਸੀ ਲੇਕਿਨ ਦੂਸਰੇ ਬੰਨੇ ਵਾਲੀ ਦੁਕਾਨ ਵੀ ਖੋਲ੍ਹੀ ਹੈ, ਇਹਦੇ ਵਿੱਚ ਸਪਸ਼ਟ ਤੌਰ 'ਤੇ ਦੱਸਿਆ ਗਿਆ ਕਿ ਉਸ ਦੁਕਾਨ ਨੂੰ ਅਸੀਂ ਫਿਰ ਸੀਲ ਕਰਾਂਗੇ, ਘੱਟੋ ਘੱਟ 1 ਮਹੀਨੇ ਲਈ ਦੁਕਾਨ ਦੀ ਸੀਲਿੰਗ ਹੋਏਗੀ। ਸੋ ਆਪਾਂ ਨੂੰ ਇਸ ਚੀਜ਼ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਖੁਦ ਦੇਖਣਾ ਪੈਣਾ ਹੈ ਔਰ ਸਾਰੇ ਦੁਕਾਨਦਾਰ ਵੀਰ ਇਸ ਚੀਜ਼ ਨੂੰ ਇਨਸ਼ੋਰ ਕਰਨ ਕਿ ਆਪਣੀ ਆਪਣੀ ਜਿਹੜੀ ਲੇਨ ਹੈਗੀ ਹੈ ਤਾਂ ਕਿ ਸਾਰਿਆਂ ਦਾ ਕੰਮ ਕਾਰ, ਕਿਉਂਕਿ ਕਈ ਜ਼ਿਲ੍ਹਿਆਂ ਨੇ ਸਿਰਫ 1 ਵਜੇ ਤੱਕ ਰੱਖਿਆ, ਅਸੀਂ ਪੂਰਾ 9 ਤੋਂ ਸਵੇਰ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਾ ਜਿਹੜਾ ਤੁਹਾਡਾ ਹੈਗਾ ਪੂਰਾ ਟਾਈਮ ਦਿੱਤਾ ਹੈ ਤਾਂ ਕਿ ਲੋਕ ਆਪਣੀ ਵਿਕਰੀ ਕਰ ਸਕਣ ਔਰ ਉਹਨੂੰ ਟਾਈਮ 'ਚ ਵੀ ਕੰਸਟ੍ਰੇਂਟ ਨਹੀਂ ਕੀਤਾ ਤਾਂ ਕਿ ਇਕਦਮ ਭੀੜ ਨਾ ਪਵੇ, ਲੇਕਿਨ ਸੱਜਾ ਖੱਬਾ ਇਸ ਕਰਕੇ ਕਰ ਲਿਆ ਕਿ ਤਾਂ ਕਿ ਉੱਥੇ ਬਾਜ਼ਾਰਾਂ 'ਚ ਜਿਹੜਾ ਰਸ਼ ਪੈਂਦਾ ਹੈਗਾ ਉਹਦੇ 'ਚ ਕਾਫੀ ਜਿਹੜੀ ਹੈ ਕਟੌਤੀ ਹੋ ਸਕੇ। ਸੋ ਉਮੀਦ ਹੈਗਾ ਕਿ ਇਸ ਆਰਡਰ ਦੇ ਨਾਲ ਜਿਹੜਾ ਹੈ ਇੱਕ ਬੈਲੈਂਸ ਵੀ ਬਣ ਜਾਏਗਾ ਔਰ ਸਾਰਿਆਂ ਨੂੰ ਇੱਕ ਮੌਕਾ ਵੀ ਮਿਲੇਗਾ ਔਰ ਜਿਹੜੀ ਲੋਕਡਾਊਨ ਵਾਲੀ ਸਥਿਤੀ ਵੱਲ ਨੂੰ ਆਪਾਂ ਜਾ ਰਹੇ ਹਾਂ ਉਹਦੇ ਤੋਂ ਵੀ ਇਹਦੇ ਨਾਲ ਆਪਾਂ ਬਚਾਅ ਕਰ ਸਕਦੇ ਹਾਂ। ਸੋ ਉਹ ਇੱਕ ਉਪਰਾਲਾ ਕੀਤਾ ਗਿਆ ਹੈਗਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਔਰ ਬਾਕੀ ਇਹ 'ਚ ਹਦਾਇਤਾਂ ਇਹ 'ਚ ਆਰਡਰ ਕੀਤਾ ਗਿਆ, ਇਹ ਆਰਡਰ ਨੂੰ ਅਸੀਂ ਵੈਬਸਾਈਟ ਦੇ ਉੱਤੇ ਵੀ ਪਾ ਦਿੱਤਾ ਔਰ ਇਹਦੇ 'ਚ ਸਾਰਾ ਕਰ ਦਿੱਤਾ ਔਰ ਇਹ 'ਚ ਸਵੇਰੇ ਜਿਹੜੇ ਪਾਰਕਾਂ 'ਚ ਸੈਰ ਵਗੈਰਾ ਕਰਨ ਦੀ ਗੱਲ ਹੈ ਉਹਦੇ ਬਾਰੇ ਵੀ ਕਿਹਾ ਗਿਆ ਕਿ ਤੁਹਾਡੇ ਲੋਕਲ ਫੈਸਿਲਿਟੀ ਦੇ ਅੰਦਰ ਜਿਹੜਾ ਕੋਈ ਪਾਰਕ ਹੈ ਕੇਵਲ ਉੱਥੇ ਤੁਸੀਂ ਆਪਣੀ ਵਾਕ ਲਈ ਉਹ ਜਿਹੜੇ ਟਾਈਮਸ ਨੇ ਉਹਨਾਂ 'ਚ ਵੀ ਜਾ ਸਕਦੇ ਹੈ ਔਰ ਵਾਕ ਵੀ ਗਰੁੱਪ 'ਚ ਵੀ ਸੋਸ਼ਲ ਡਿਸਟੈਂਸਿੰਗ ਰੱਖ ਕੇ ਕਰ ਸਕਦੇ ਹਾਂ। ਉੱਥੇ ਸਾਂਝੇ ਤੌਰ 'ਤੇ ਗਰੁੱਪ ਬਣਾ ਕੇ ਲਾਫਟਰ ਕਲੱਬ, ਯੋਗਾ, ਇਹੋ ਜਿਹੀ ਐਕਸਰਸਾਈਜ਼ ਨਹੀਂ ਹੋਣਗੀਆਂ ਜਿੱਥੇ ਲੋਕ ਪਾਰਕਾਂ 'ਚ ਇਕੱਠ ਕਰਨਗੇ, ਨਾ ਹੀ ਇਕੱਠੇ ਬੈਠ ਕੇ ਉੱਥੇ ਤਾਸ਼ ਖੇਡਣਾ ਜਾਂ ਇਹ ਚੀਜ਼ਾਂ ਵੀ ਅਲਾਊਡ ਨਹੀਂ ਹੋਣਗੀਆਂ। ਸੋ ਬਾਕੀ ਸਾਰੀਆਂ ਸ਼ਰਤਾਂ ਜਿਨ੍ਹਾਂ ਦੇ ਵਿੱਚ ਜਿਹੜਾ ਹੈ ਨੈਗੇਟਿਵ ਰਿਪੋਰਟ ਦੂਜੇ ਜ਼ਿਲ੍ਹਿਆਂ 'ਚੋਂ ਜਿਹੜੇ ਬਾਹਰੋਂ ਆ ਰਹੇ ਸੂਬੇ ਤੋਂ 72 ਘੰਟੇ ਵਾਲੀ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ, ਸਰਕਾਰੀ ਜਿਹੜੇ ਦਫ਼ਤਰ ਨੇ, ਪ੍ਰਾਈਵੇਟ ਬੈਂਕਾਂ ਲਈ ਜਿਮ ਔਰ ਉਹ ਸਾਰੇ ਜਿਹੜੇ ਬੰਦ ਨੇ ਉਹ ਪਹਿਲਾਂ ਵਾਂਗੂ ਉਹ ਸਾਰੀਆਂ ਹਦਾਇਤਾਂ ਜਾਰੀ ਰਹਿਣਗੀਆਂ। ਕੇਵਲ ਰੋਟੇਸ਼ਨਲ ਪੋਲਿਸੀ ਜ਼ਿਲ੍ਹੇ ਅੰਮ੍ਰਿਤਸਰ 'ਚ ਇਹ ਲਾਗੂ ਕੀਤੀ ਗਈ ਹੈ, ਇਹ ਤੁਰੰਤ ਪ੍ਰਭਾਵ ਤੋਂ ਜਿਹੜੀ ਲਾਗੂ ਹੋ ਕੇ ਸੋਮਵਾਰ ਨੂੰ ਹੁਣ ਸਵੇਰੇ ਜਿੱਦਣ ਦੁਕਾਨਾਂ ਖੁੱਲ੍ਹਣਗੀਆਂ ਉਹ ਇਸ ਪਲੈਨ ਦੇ ਮੁਤਾਬਕ
खोलिया जाएगियां। ये प्लैन असी ऑलरेडी सारू अपना जो है ग्रुप्स के भी सर्कूलेट कर दिता है, तो पब्लिक रिलेशन वालों कहा कि यदि वो तो वह सारे सर्कूलेट कर दें, तो जिन्होंने नहीं मिलता साड़ी वैबसाइट के उत्ते भी अपलोडेड है, उतो ये लै सकते हैं।